ਲਓ ਜੀ ਵਾਰੀ ਆ ਗਈ ਨੁਕਰੀ ਘੋੜੀ ਦੀ। ਲਓ ਜੀ ਨੁਕਰੀ ਘੋੜੀ ਵੱਡੀ ਦੀ। ਸੈੱਟ ਹੋ ਗਈ ਅੱਗੇ ਨੂੰ ਯਾਰ ਦਾ ਹਨਾ, ਮਸਾਲੇ ਨਾਲ ਬੜਾ ਫਰਕ ਪੈ ਗਿਆ ਇਹਨੂੰ। ਉਹ ਕਿਵੇਂ ਬੈਠੀ ਆ ਸ਼ਬਨਮ, ਕੀ ਨਾਂ ਰੱਖਿਆ ਦਾ? ਉਹਦਾ ਨਾਂ ਰੱਖਣਾ ਯਾਰ, ਅਜੇ ਅਜੇ ਨਾਂ ਰੱਖਾਂਗੇ ਮੈਂ ਇਹਨੂੰ ਵੀ ਉੱਥੇ ਲੈ ਚੱਲ। ਲਓ ਜੀ ਮਾਸ਼ਾਅੱਲਾ ਸਾਡੀ ਜਿੰਦ ਵੀ ਮਾਸ਼ਾਅੱਲਾ ਪੂਰੀ ਘੋੜੀ ਬਣੀ ਜਾਂਦੀ ਹੈ। ਇਹਨੂੰ ਉੱਚਾ ਉਹ ਕੁੰਡਾ ਉੱਤੇ ਉੱਤੇ, ਹਾਂ ਇੱਥੇ ਖੁੰਘ ਨਾ, ਬਹੁਤਾ ਤੰਗ ਨਹੀਂ ਕਰਨਾ, ਤੰਗ ਨਹੀਂ ਕਰਨੀ, ਤੰਗ ਨਹੀਂ ਕਰਨੀ। ਹਾਂ ਬਸ ਠੀਕ ਆ। ਉਹ ਸੱਟ ਲਵਾਏਗੀ ਮਸਾਲਾ ਦੇਣਾ ਸੀ ਉਦੋਂ, ਉਹਨੇ ਕੁਛ ਨੀ ਆਉਂਦੀ ਉਦਾਂ, ਤੈਨੂੰ ਕਹਿੰਦਾ ਇਧਰਲੇ ਪਾਸੇ ਖੜੋ ਜਾ ਖੁੱਲ ਜਾਂਦੀ ਤੇ ਫਿਰ ਹੋਰ ਇਹਨੇ ਕੀ ਕਹਿਣਾ ਸੀ ਆਹੋ ਲਿਆਉਂਦੇ ਇੱਕ ਸ਼ੈਂਪੂ ਮੈਂ ਦੂਸਰਾ ਲੱਭ ਜਾਂਦਾ ਕੰਨ ਵੱਡੇ ਬੋਤਲ ਉਹ ਇਹਨੂੰ ਜਦੋਂ ਨਵਾਇਆ ਸ਼ੈਂਪੂ ਨਾ ਇੱਕ ਤਾਂ ਇਹਨਾਂ ਦੇ ਚਿੱਚੜ ਨੂੰ ਲੱਗਦੇ। ਆਹ ਸਪਰੇਅ ਕਰਦੇ ਯਾਰ ਮੈਂ ਲਿਆਉਂਦਾ ਟੈਂਕੀ ਅੰਮ ਦਾ ਕੰਮ ਦੇ ਹੱਥ ਗਿੱਲਾ ਕਰਕੇ ਫੇਰ ਮੂੰਹ ਤੇ ਆ ਦੇਖੀ ਬਾਬੇ ਨੇ ਕੁਛ ਕਿਹਾ ਤੇ ਨਹੀਂ ਕਹਿ ਤਾਂ ਦੱਸ ਦੇ ਤਾ ਤਾਂ ਚਲਾਈਆ ਕਹਿੰਦਾ ਮੈਂ ਥੈਂਕ ਯੂ ਪੁੱਤ ਹੈਨਾ ਮੈਂ ਬਦਨ ਕਰ ਅੱਛਾ ਇਹਦੇ ਸੁੰਮ ਸਾਫ਼ ਕਰ ਲਈਏ ਮੁੜ ਕੇ ਆਪਾਂ ਲਾਉਂਦੇ ਹਾਂ ਸਰੋਂ ਤੇਲ ਅਤੇ ਸੁੰਮ ਸਾਫ਼ ਹੋ ਜੂਗੇ। ਚਲੋ ਜੀ ਆਓ ਸਾਹ ਜੀ ਪਿਛਲੇ ਪੈਰਾਂ ਨੂੰ ਮੈਂ ਆਰਾਮ ਦੇ ਨਾਲ ਇਹ ਬੜੀ ਸਾਡੀ ਸੌਸੀਲ ਘੋੜੀ ਕੁਛ ਵੀ ਇਹ ਵੀ ਕੁਛ ਨਹੀਂ ਕਹਿੰਦੀ ਉਹ ਵੀ ਕੁਛ ਨਹੀਂ ਕਹਿੰਦੀ ਬੜੀ ਸੈੱਟ ਹੋ ਗਈ ਇੱਧਰ ਨੂੰ ਆ ਜਾ ਇੱਥੇ ਆ ਜਾ ਇੱਧਰ ਘੁਮਾ ਕੇ ਖਲੋ ਨਾ ਖਲੋ ਕੇ ਨਾ ਵੀਡੀਓ ਬਣਾ ਰਿਹਾ ਇੱਧਰ ਆ ਜਾ ਦੋਨੋਂ ਪਾਸੇ ਉਹ ਉਹਦੀ ਵਾਲ ਇੱਥੇ ਦੇ ਵਾਲ ਇੱਕ ਝੜਨਾ ਤੇ ਸਿਕਰੀ ਜਿਹੀ ਜੰਮੀ ਸਾਡੀ ਨਹੀਂ ਇੱਥੇ ਇਹਨਾਂ ਦੀ ਬਣਾਉਣੀ ਸੁੰਮ ਦੀ ਹਾਂ ਸਾਡੇ ਧੋਂਦਿਆਂ ਦੀ ਚੱਲ ਬਸ ਠੀਕ ਆ ਇੰਨੀ ਕੁ ਬਣ ਗਈ ਠੀਕ ਆ। ਲਓ ਜੀ ਘੋੜੀ ਅਸੀਂ ਨੁਕਰੀ ਵੀ ਨਵਾ ਲਈਏ ਜ਼ੂਮ ਨਹੀਂ ਹੋਣਾ ਤਾਂ ਫਰੰਟ ਤੋਂ ਆ ਮਹਿਬੂਬ ਭਾਈ ਨੇ ਸਾਡੀ ਮਦਦ ਕੀਤੀ ਏ ਉਹ ਮਤਲੂਬ ਹੈ ਕਿੰਨੀ ਕੁ ਰਹਿ ਗਈ ਹੈ ਚੱਲ ਆ ਫਿਰ ਇਹਨੂੰ ਲਿਆ ਕੇ ਅੰਦਰ ਬੰਨ ਅਤੇ ਉਹ ਛੋਟੀ ਜਿਹੀ ਬਛੇਰੀ ਨੂੰ ਨੁਕਰੀ ਨੂੰ ਲਿਆਈਏ ਤੇਰੇ ਨਖਰੇ ਨਹੀਂ ਹੋ ਗਈ ਰਾਜੀ ਮਾਸ਼ਾਅੱਲਾ ਗੰਢ ਚੱਲ ਠੀਕ ਅੰਦਰ ਹੀ ਲੈ ਜੀ। ਲਓ ਜੀ ਘੋੜੀ ਸੁੱਕ ਗਈ ਸਾਡੀ ਅਸੀਂ ਇਹਨੂੰ ਨਹੀਂ ਤੇ ਇੱਥੇ ਅੰਦਰ ਬੰਨ ਅੰਦਰ ਬੰਨ ਧੁੱਪ ਵਾ ਉੱਥੇ ਅੰਦਰ ਬੰਨ ਸੁੱਕ ਜਾਣੀ ਆ ਇਹਨੂੰ ਅਸੀਂ ਅੰਦਰ ਵਾੜ ਦਿੰਦੇ ਹਾਂ ਉੱਥੇ ਵਾੜੇ 'ਚ ਇਹਨੂੰ ਇੱਥੇ ਬੰਦ ਅਤੇ ਜਿੰਦ ਨੂੰ ਕੰਡਿਆਲਾ ਵਾਲਾ ਇਹਨੂੰ ਖੋਲ ਲੈਣਾ ਉੱਤੋਂ ਮਬੂ ਖੋਲ ਲਾ ਪਾਲੇ ਪਾਸੇ ਜਿੱਦਾਂ ਲਾ ਲਾ ਉੱਤੋਂ ਕੰਨਾਂ ਲੱਥੀ ਲਾ ਲਾ ਜੇ ਖੋਲਦੇ ਤਾਂ ਖੋਲ ਲਾ ਉਹ ਤੇਰੀ ਲਾ ਲਾ ਬਾ ਪ੍ਰੇਮ ਨਾਲ ਪਿਆਰ ਨਾਲ ਇਹ ਪਿਆਰ ਨਾਲ ਜਿੰਨਾ ਪਿਆਰ ਕਰੇਗਾ ਉਨਾ ਤੇਨਾ ਆ ਜਾ ਬਾ ਠੀਕ ਆ ਜਾ ਨੰਗੇ ਅੱਗੋਂ ਦੀ ਲੱਗੇ ਉਹ ਲਿਆ ਇਹਦੀ ਬਛੇਰੀ ਉਹਦੇ ਵਿੱਚ ਫਿਰਦੀ
ਲੈ ਨੂੰ ਬਾਹਰ ਕਰ ਚਲ ਚਲ ਲਾ ਦੇ ਬੂਆ ਉਹ ਬੂਆ ਲਾ ਪਲਾਨ ਨੂੰ ਲਾ ਲਈਏ ਕਿੱਧਰ ਗਿਆ ਇਹਨੂੰ ਉਹ ਬਸ ਉਹ ਬਸ ਉਹ ਬਸ ਓਏ ਨਹੀਂ ਕੜਿਆਲਾ ਛੋਟਾ ਆਉੜਾ ਤਿੱਲੇ ਵਾਲਾ ਛੋਟੀਆਂ ਨੁਕਰੀਆਂ ਦਾ ਜਿਹੜਾ ਕੜਿਆਲਾ ਉਹ ਦੇਣਾ ਉਹ ਤਿੱਲੇ ਵਾਲਾ ਤਿੱਲੇ ਵਾਲਾ ਭਾਈ ਆਹ ਤਿੱਲੇ ਵਾਲਾ ਆਹ ਤਿੱਲੇ ਵਾਲਾ ਇਹ ਵਿਸ਼ੇਰੀ ਦਾ ਬਣਾਇਆ ਇਹਨੂੰ ਚੰਗ ਲਿਆ ਸਾਰਾ ਸਮਾਨ ਟੰਗ ਨਹੀਂ ਇਹ ਕਿਉਂਕਿ ਕੜਿਆਲਾ ਸਾਫ਼ ਹੈ ਨਾ ਵਿਸ਼ੇਰੀ ਨੂੰ ਚੱਲ ਲੈ ਉਹ ਨੁਕਰੀ ਨੂੰ ਪਾ ਪਹਿਲਾਂ ਇਹਨੂੰ ਲਿਆ ਕੇ ਇਹਨੂੰ ਟੰਗ ਦੀ ਇੱਥੇ ਤੇ ਫਿਰ ਲੈ ਲਾਂਗੇ ਇੱਥੇ ਚਾਹੀਦਾ ਹੋਇਆ ਤਾਂ ਠੀਕ ਆ ਕੈਮਰਾ ਮੈਨ ਤੁਹਾਡੀ ਜਾਨ ਨਹੀਂ ਛੱਡਣੀ ਇੰਟਰਵਿਊ ਤੁਹਾਡੇ ਲੈਂਦੇ ਰਹਿਣਾ ਚਲੋ ਇੱਦਾਂ ਨਹੀਂ ਮੈਨੂੰ ਆਉਂਦੇ ਬੰਦਾ ਸਾਡਾ ਹਜੇ ਅਣਜਾਣ ਆ ਹੌਲੀ ਹੌਲੀ ਸੈੱਟ ਹੋ ਜਾਏਗਾ ਕਾਫੀ ਐਕਸਪੀਰੀਅੰਸ ਹੋ ਗਿਆ ਹਲ ਤੂੰ ਆ ਫੜ ਕੈਮਰਾ ਕੈਮਰਾ ਤਾਂ ਗੱਤ ਬਣਾ ਦੇ ਇੱਦਾਂ ਨਹੀਂ ਆ ਦੇਖ ਇੱਦਾਂ ਲਿਆ ਰਹਿਣਾ ਮੈਨੂੰ ਮੇਰੇ ਕੋਲ ਲਿਆ ਮੋੜ ਦੇਣ ਮੋੜ ਵੇ ਮੁਹਾਰਾ ਚੱਲ ਖਲੋਤੀ ਜਾਂਦੇ ਬਸ ਖਲੋਣ ਦੇ ਖਲੋਣ ਆ ਦੇਖੀ ਪ੍ਰੇਮ ਐਵੇਂ ਹੱਥ ਨਾਲ ਇੱਦਾਂ ਉਧਰੋਂ ਬਚ ਕੇ ਆ ਦੇਖਿਆ ਬਸ ਪ੍ਰੇਮ ਨਾਲ ਲਓ ਜੀ ਪਕੜੋ ਮੈਂ ਕੈਮਰਾ ਲੈ ਕੇ ਬਾਹਰ ਜਾਂਦਾ ਲਿਆਓ ਜੀ ਲਿਆਓ ਜੀ ਇਹਨੂੰ ਜਿੰਦ ਨੂੰ ਜਿੰਨੂੰ ਹੋਣ ਦੀ ਵਾਰੀ ਆ ਗਈ ਉਹ ਖਲੋ ਜਾ ਇੱਥੇ ਹੀ ਆ ਪਤਾ ਨਹੀਂ ਕਿੱਥੇ ਲੈ ਚੱਲੇ ਹਾਂ ਚੱਲ ਗੇਟ ਲਾ ਦੇ ਉਹ ਸ਼੍ਰੀ ਨੂੰ ਉੱਧਰ ਲਾ ਦੇ ਮੈਂ ਬੂਆ ਬੂਆ ਲਾ ਦੇ ਮੇਲਾ ਤੋਰ ਫਿਰ ਲਓ ਜੀ ਘੋੜੀਆਂ ਨਵਾ ਲਈਆਂ ਸਾਂ ਡੇਰੇ ਦਾ ਵਿਊ ਸਰੋਂ ਮਹਿਬੂਬ ਮੁੰਡੇ ਦਾ ਨਾਮ ਮਹਿਬੂਬ ਆ ਹੋਰ ਨਾ ਕੁਛ ਸਮਝ ਲਿਓ ਇਹ ਘੋੜੀਆਂ ਸਾਡੀ ਨਵਾ ਹੋ ਗਈਆਂ ਮਾਸ਼ਾਅੱਲਾ ਨਿਖਰ ਗਈਆਂ ਨੇ ਅਤੇ ਟਾਈਮ ਵੀ ਕਾਫੀ ਹੋ ਗਿਆ ਅੱਜ ਚੱਕਰ ਜੀ ਮੇਰੀ ਮੁਸ਼ਕ ਵੀ ਛੇਰੀ ਨੁਕਰੀ ਵੀ ਛੇਰੀ ਉਹ ਬਸ ਉਹ ਆਰਾਮ ਨਾਲ ਉਹ ਆਰਾਮ ਨਾਲ ਖੋਲ੍ਹਦਾ ਗੇਟ ਮੈਂ ਲਓ ਜੀ ਸਾਡਾ ਅੱਜ ਦਾ ਵਲੋਗ ਕੰਪਲੀਟ ਹੋ ਗਿਆ ਅਤੇ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਵੀ ਕਰਦੇ ਰਹੋ ਸਾਡੇ ਚੈਨਲ ਨੂੰ ਇਸ ਤਰ੍ਹਾਂ ਅਤੇ ਮਿਲਦੇ ਹਾਂ ਜਨਾਬ ਅਗਲੇ ਵਲੋਗ ਦੇ ਵਿੱਚ ਅੱਲਾ ਦੇ ਹਵਾਲੇ